ਅਸਲਾਮੁ ਅਲੈਕੁਮ ਰਹਿਮਤੁਲਲਾਹ ਵਬਰਕਾਤੁਹ। ਮੈਂ ਹਕੀਮ ਮੁਹੰਮਦ ਇਜਾਜ਼ ਅਲੀ ਔਰ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਅੱਜ ਮੈਂ ਆਪਣੇ ਉਸਤਾਦ ਦਾ ਅਤੇ ਆਪਣੇ ਚਾਚੂ ਨੇ ਮੇਰੇ ਨਾਲ ਇਹਨਾਂ ਦਾ ਹਜਾਮਾ ਕਰ ਰਿਹਾ, ਇਹਨਾਂ ਦੇ ਘਰ ਹੀ ਇਹਨਾਂ ਦੇ ਮਿੱਧ ਦੀ ਪ੍ਰੋਬਲਮ ਸੀ ਅਤੇ ਨਾਲ ਜਿਸਮ ਦੀ ਖਾਰਿਸ਼ ਸੀ ਅਤੇ ਅਲਹਮਦੁਲਿਲਾ ਬੜਾ ਜ਼ਬਰਦਸਤ ਹਜਾਮਾ ਹੋ ਗਿਆ। ਅਤੇ ਇੱਥੇ ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਤਾਂ ਅੱਛਾ ਜਿਹਾ ਕਮੈਂਟ ਵੀ ਕਰ ਦੇਣਾ। ਅਤੇ ਹਜਾਮੇ ਵਾਸਤੇ ਸਹੂਲਤ ਮੌਜੂਦ ਹੈ, ਲੇਡੀਜ਼ ਵਾਸਤੇ ਲੇਡੀਜ਼ ਵੀ ਅਵੇਲੇਬਲ ਹੈ। ਕਰਨੇ ਹਜਾਮਾ ਸ਼ੁਰੂ ਜੀ। ਪਹਿਲਾਂ ਕੰਮ ਉਤਾਰਿਆ ਅਤੇ ਸੁਣ ਕਰਨ ਵਾਸਤੇ ਸਪਰੇਅ ਕੀਤਾ ਜਨਾਬ, ਅਤੇ ਇਹਦੇ ਨਾਲ ਫਿਰ ਜਿਹੜੇ ਪੱਛ ਲਗਾਈ ਦੇ ਨੇ ਜਾਂ ਡੋਟ ਲਗਾਈ ਦੇ ਨੇ ਉਹਦਾ ਫਿਰ ਦਰਦ ਮਹਿਸੂਸ ਨਹੀਂ ਹੁੰਦੀ। ਇੱਥੇ ਬੈਕ ਸਾਈਡ 'ਤੇ ਮੈਂ ਆਪਣਾ ਡੋਟ ਲਗਾ ਰਿਹਾ ਅਤੇ ਜਿਹੜਾ ਮਿੱਧੇ ਦਾ ਜੰਮ ਉਹਦੇ 'ਚ ਮੈਂ ਕੱਟ ਲਗਾਏ ਸਨ, ਕਿਉਂਕਿ ਸ਼ੂਗਰ ਦੀ ਵੀ ਪ੍ਰੋਬਲਮ ਸੀ। ਇਸ ਲਈ ਕੋਸ਼ਿਸ਼ ਕਰੀਦੀ ਕਿ ਸ਼ੂਗਰ ਵਾਲੇ ਮਰੀਜ਼ ਨੂੰ ਕੱਟ ਨਾ ਲਾਇਆ ਜਾਵੇ। ਇਹ ਦੂਸਰਾ ਕੱਪ ਉਤਾਰਿਆ, ਇਹਨੂੰ ਸਪਰੇਅ ਕਰਨ ਲੱਗਿਆ ਅਤੇ ਚਾਚੂ ਨੂੰ ਮਨਾ ਕਰਤਾ ਕਿ ਰਹਿਣ ਦੇ ਕੋਈ ਸਪਰੇਅ, ਅਤੇ ਉਹ ਜਿਹੜਾ ਪਿਆ ਲਿਖਿਆ ਮੈਂ ਬਗੈਰ ਸਪਰੇਅ ਤੋਂ ਉਹਨੂੰ ਡੋਟ ਲਗਾਏ ਨੇ, ਉਹ ਪਹਿਲੇ ਕੱਪ 'ਤੇ ਜਿਹੜੇ ਡੋਟ ਲਗਾਏ ਨੇ ਉਹਦੇ 'ਚੋਂ ਹੁਣ ਆਉਣਾ ਸ਼ੁਰੂ ਹੋ ਗਿਆ। ਇਨਸ਼ਾਅੱਲਾ ਅੱਲਾ ਨੇ ਚਾਹਿਆ ਤਾਂ ਬੜਾ ਹੀ ਫਾਇਦਾ ਹੋਏਗਾ ਹਜਾਮੇ। ਇਹ ਤਾਂ ਸੁਨਤ ਅਮਲ ਹੈ, ਇਹਦਾ ਸਵਾਬ ਵੀ ਹੈ ਅਤੇ ਉਹਦੇ ਨਾਲ ਨਾਲ ਸ਼ਿਫਾ ਵੀ ਹੈ। ਅਤੇ ਜਦੋਂ ਹਜਾਮਾ ਕਰਾ ਰਹੇ ਹੋ ਕੋਸ਼ਿਸ਼ ਕਰੋ ਕਿ ਦਰੁਦ ਸਲਾਮ ਪੜ੍ਹਦੇ ਰਹੋ ਅਤੇ ਉਹਦੇ ਨਾਲ ਜ਼ਿਆਦਾ ਸ਼ਿਫਾ ਹੁੰਦੀ ਹੈ। ਅਤੇ ਇਹਦੇ ਨਾਲ ਨਾਲ ਚੰਦ ਦੀਆਂ ਤਰੀਕਾਂ ਜਿਹੜੀਆਂ ਲਿਖੀਆਂ ਗਈਆਂ ਨਾ 17-19-21 ਉਹਨਾਂ ਤਰੀਕਾਂ 'ਚ ਜ਼ਿਆਦਾ ਫਾਇਦਾ ਹੁੰਦਾ, ਲੇਕਿਨ ਐਮਰਜੈਂਸੀ ਵਿੱਚ ਤੁਸੀਂ ਕਿਸੇ ਦਿਨ ਵੀ ਹਜਾਮਾ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ। ਅਲਹਮਦੁਲਿਲਾ ਟੋਟਲ ਜਿਹੜੇ ਨਾ ਬੈਕ ਸਾਈਡ 'ਤੇ 3-2-5-2 ਲੱਤਾਂ ਦੇ ਲੱਗੇ, 7 ਕੱਪ ਬੈਕ ਦੇ ਲੱਗੇ ਨੇ ਅਤੇ 3-4 ਫਰੰਟ ਦੇ, ਮਹਿਲ 7-8 ਫਰੰਟ ਦੇ ਲੱਗੇ ਨੇ, ਯਾਨੀ ਕਿ 15-16 ਕੱਪ ਟੋਟਲ ਲਗਾਏ ਗਏ ਨੇ। ਇੱਕ ਸਿਰ 'ਤੇ ਵੀ ਲੱਗਾ ਹੋਵੇ, ਗਰਦਨ 'ਤੇ ਵੀ ਲੱਗੇ ਨੇ ਅਤੇ ਸਿਰ 'ਤੇ ਵੀ ਲੱਗਿਆ। ਅਤੇ ਅਲਹਮਦੁਲਿਲਾ ਇੱਕ ਮੋਢੇ 'ਚ ਕਿਤੇ ਦਰਦ ਹੁੰਦੀ ਸੀ ਅਤੇ ਉਸ ਤੋਂ ਬਾਅਦ ਜਦੋਂ ਹਜਾਮਾ ਖਤਮ ਹੋਇਆ ਨਾ ਉਹ ਖੈਰ ਵੀਡੀਓ ਤਾਂ ਨਹੀਂ ਬਣ ਸਕੀ, ਲੇਕਿਨ ਬਾਅਦ 'ਚ ਬਸ ਉੱਤੇ ਕਰਕੇ ਹਾਰ 'ਚ ਕਹਿੰਦੇ ਯਾਰ ਕੰਧੇ 'ਤੇ ਵੀ ਦਰਦ ਕਾਫੀ ਬਿਹਤਰ ਹੋ ਗਿਆ ਅਲਹਮਦੁਲਿਲਾ। ਇੱਥੇ ਫਿਰ ਸਪਰੇਅ ਕੀਤਾ, ਕਹਿੰਦੇ ਥੋੜ੍ਹੀ ਦਰਦ ਮਹਿਸੂਸ ਹੋਈ ਸੀ ਥੋੜ੍ਹੀ ਜਿਹੀ, ਕਹਿੰਦੇ ਇੱਥੇ ਲਗਾ ਦੀ ਯਾਰ ਥੋੜ੍ਹਾ ਜਿਹਾ, ਮੈਂ ਚਲੋ ਠੀਕ ਹੈ। ਥੋੜ੍ਹੀ ਜਿਹੀ ਹੁੰਦੀ ਮਾਮੂਲੀ ਜਿਹੀ ਮਾਈਨਰ ਜੀ ਜਿਹੜੀ ਨਾ ਉਹ ਕੋਈ ਮਰੀਜ਼ ਬਰਦਾਸ਼ਤ ਕਰ ਲੈਂਦਾ ਤਾਂ ਕੋਈ ਨਹੀਂ ਵੀ ਕਰ ਸਕਦਾ, ਜੇ ਨਾ ਕਦੇ ਉਹਨੂੰ ਸੁਣ ਕਰ ਦਿੱਤਾ ਜਾਂਦਾ ਵਾ ਉਹਦੇ ਨਾਲ ਫਿਰ ਦਰਦ ਨਹੀਂ ਹੁੰਦੀ ਅਤੇ ਜ਼ਰਾ ਮਰੀਜ਼ ਮੁਤਮਰ ਰਹਿੰਦਾ ਵੇ। ਅਤੇ ਵੀਡੀਓ ਲੰਬੀ ਹੋਣ ਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਦੀ ਸਪੀਡ ਵਧਾ ਦਿੱਤੀ ਸੀ ਮੈਂ, ਤਾਂ ਕਿ ਵੀਡੀਓ ਸ਼ਾਰਟ ਹੋ ਜਾਵੇ ਔਰ ਦੋਸਤਾਂ ਨੂੰ ਪੂਰੀ ਵੀਡੀਓ ਵੇਖਣ 'ਚ ਆਸਾਨੀ ਹੋ ਜਾਵੇਗੀ। ਟੋਟਲ ਬੈਕ ਸਾਈਡ 'ਤੇ 7 ਕੱਪ ਲੱਗੇ, 2 ਲੱਤਾਂ 'ਤੇ ਅਤੇ 5 ਹੈ ਬੈਕ ਸਾਈਡ 'ਤੇ। ਇਹ ਪੁਆਇੰਟਸ ਨੇ, ਇਹਨਾਂ ਪੁਆਇੰਟਾਂ ਨੂੰ ਵੇਖ ਕੇ ਮੁਖਤਲਿਫ ਦਰਦਾਂ ਵਾਸਤੇ ਜਾਂ ਮੁਖਤਲਿਫ ਤਕਲੀਫਾਂ ਵਾਸਤੇ ਪੁਆਇੰਟ ਜਿਹੜੇ ਲਗਾਏ ਜਾਂਦੇ ਨੇ। ਅਤੇ ਹੁਣ ਅਸੀਂ ਕੱਪ ਉਤਾਰਨ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਨ ਲੱਗੇ ਹਾਂ, ਅਤੇ ਖੂਨ ਦੀ ਸੂਰਤ ਹੈ ਵੇਖਣਾ ਖੂਨ ਕਿੰਨਾ ਜੰਮਿਆ ਕਿੰਨਾ ਨਹੀਂ ਜੰਮਿਆ, ਔਰ ਫਰੰਟ ਸਾਈਡ 'ਤੇ ਜਿਹੜਾ ਖੂਨ ਹੋਏਗਾ ਤਾਂ ਉਹਦੀ ਸੂਰਤ ਹੈ ਵੀ ਤੁਸੀਂ ਚੈੱਕ ਕਰਿਆ ਜੀ। ਪਹਿਲਾਂ ਕੱਪ ਉਤਾਰਿਆ ਜਨਾਬੀ ਵਾਲੀ, ਦੇਖਣਾ ਖੂਨ ਕਿਸ ਤਰ੍ਹਾਂ ਜੰਮਿਆ ਨਿਕਲਦਾ ਵਿੱਚੋਂ, ਔਰ ਐ ਵੇਖੋ ਐ ਨਾ ਗਿਲਟੀ ਬਣੀਆਂ ਪਈਆਂ ਖੂਨ ਦੀਆਂ, ਇਹ ਗੰਦਾ ਖੂਨ ਦਾ ਵੇ, ਇਹ ਸਾਫ਼ ਖੂਨ ਨਹੀਂ ਇਹ ਗੰਦਾ ਖੂਨ ਦਾ ਵੇ। ਕਈ ਦੋਸਤ ਜਿਹੜੇ ਨਾ ਕਈ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਜੀ ਸਾਡੇ ਖੂਨ ਦੀ ਕਮੀ ਹੋ ਜਾਏਗੀ, ਇੰਝ ਹੋ ਜਾਏਗਾ ਉਂਝ ਹੋ ਜਾਏਗਾ, ਅਤੇ ਉਹਨਾਂ ਨੂੰ ਫਿਰ ਦੱਸੇ ਦਾ ਵੀ ਇਹ ਨਾ ਜਿਸਮ ਦੇ ਅੰਦਰ ਵੀ ਖੂਨ ਨਹੀਂ ਹੁੰਦਾ,
ਜਿਹੜਾ ਮਾਸ ਦੇ ਵਿੱਚ ਖੂਨ ਹੁੰਦਾ ਨਾ, ਗੰਦਾ ਖੂਨ ਹੁੰਦਾ ਜਿਹਨੂੰ ਅਸੀਂ ਕੱਢਦੇ ਹਾਂ ਪੱਛ ਲਗਾ ਕੇ ਜਾਂ ਡਾਕਟਰ ਲਗਾ ਕੇ। ਸੁੰਨਤ ਤਰੀਕਾ ਵੇ ਤੋ ਮਨ ਬਿੱਲਾ ਅੱਲਾਹ ਕੋ ਡਰਦੇ ਹਾਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਡੇ ਵਾਸਤੇ ਕਰਵਾਇਆ ਸੀ ਨਾ, ਉਮਤ ਵਾਸਤੇ ਜਿਹੜਾ ਬਣ ਜਾਏਗਾ ਹਜਾਮਾ। ਜਦੋਂ ਕੱਪ ਵਗੈਰਾ ਉਤਾਰ ਦਿੰਦੇ ਹੋ, ਖੂਨ ਵਗੈਰਾ ਸਾਫ਼ ਕਰ ਲੈਂਦੇ ਹੋ, ਅਤੇ ਉਸ ਤੋਂ ਬਾਅਦ ਡਿਟੋਲ ਜਾਂ ਸਪਰੇਅ ਵਗੈਰਾ ਲਗਾ ਕੇ ਇਹਨੂੰ ਅੱਛੀ ਤਰ੍ਹਾਂ ਸਾਫ਼ ਕੀਤਾ ਜਾਂਦਾ ਤਾਂ ਕਿ ਕਿਸੇ ਕਿਸਮ ਦਾ ਜਰਾਸੀਮ ਜਿਹੜੇ ਨੇ ਬਾਕੀ ਨਾ ਰਹਿਣ। ਅਤੇ ਉਹ ਤਾਂ ਨਹੀਂ ਹੁੰਦਾ ਵੀ ਕਿ ਖੂਨ ਵਗੈਰਾ ਕਰ ਜਿਸ ਤਰ੍ਹਾਂ ਸ਼ੇਪ ਕਰਦੇ ਨੇ ਜਦੋਂ ਨਾਈ, ਅਤੇ ਬਾਅਦ 'ਚੋਂ ਡਿਟੋਲ ਜਾਂ ਲਾਉਂਦੇ ਨੇ ਜਾਂ ਉਹਨੂੰ ਕੀ ਕਹਿੰਦੇ ਨੇ ਫਟਕੇ ਦਾ ਪਾਣੀ ਲਾਉਂਦੇ ਨੇ। ਕਿਉਂ ਲਗਾਈ ਜਾਂਦੀ? ਤਾਂ ਕਿ ਖੂਨ ਰੁਕ ਜਾਵੇ, ਖੂਨ ਮਜ਼ੀਦ ਬਾਹਰ ਨਾ ਆਵੇ। ਅਤੇ ਇਸ ਲਈ ਡਿਟੋਲ ਜਾਂ ਸਪਰਿੰਟ ਵਗੈਰਾ ਲਗਾਇਆ ਜਾਂਦਾ ਤਾਂ ਕਿ, ਕਿਉਂਕਿ ਪੱਛ ਵਗੈਰਾ ਲੱਗੇ ਹੁੰਦੇ ਨੇ, ਫਿਰ ਖੂਨ ਬਾਅਦ 'ਚ ਰਸੇ ਰੁਸੇ ਨਾ। ਅਤੇ ਅਲਹਮਦੁਲਿਲਾ ਕਮਰ ਦੇ ਜਿਹੜੇ ਕੱਪ ਨੇ ਉਤਾਰ ਦਿੱਤੇ ਗਏ ਨੇ, ਔਰ ਇਹਨਾਂ ਨੂੰ ਇਸ ਤੋਂ ਬਾਅਦ ਸਾਫ਼ ਕਰ ਦੇਵਾਂਗੇ। ਉਸ ਤੋਂ ਬਾਅਦ ਇਹਦੇ ਵੈਸਲੀਨ ਵਗੈਰਾ ਜਾਂ ਕਰੀਮ ਵਗੈਰਾ ਲਗਾ ਦਿੱਤੀ ਜਾਂਦੀ ਤਾਂ ਕਿ ਜਿਹੜਾ ਜ਼ਖਮ ਬਣਦੇ ਲੱਗਦੇ ਨੇ ਜਾਂ ਪੱਛ ਲੱਗਦੇ ਨੇ ਉਹ ਜ਼ਰਾ ਨਰਮ ਰਹਿੰਦੇ ਨੇ। ਬੈਕ ਸਾਈਡ ਕੰਪਲੀਟ ਹੋਣ ਤੋਂ ਬਾਅਦ ਅਸੀਂ ਫਰੰਟ ਸਾਈਡ 'ਤੇ ਆ ਗਏ ਹਾਂ। ਫਰੰਟ ਸਾਈਡ 'ਤੇ 3, 4, 5, 6, 7, 8 ਅਤੇ 7, 15 ਕੱਪ ਲੱਗਣ ਟੋਟਲ ਜਨਾਬ। ਹੁਣ ਅਸੀਂ ਫਰੰਟ ਸਾਈਡ 'ਤੇ ਜੀ ਲਗਾ ਦਿੱਤੇ ਨਾ ਕੰਮ, ਇਸ ਵਜ੍ਹਾ ਜਦੋਂ ਕਟਿੰਗ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਨਾਬ। ਔਰ ਜੁੜੇ ਰਹੇ ਜੀ, ਉਮੀਦ ਰੱਖਾਂਗੇ ਕਿ ਤੁਸੀਂ ਕਾਫ਼ੀ ਕੁਛ ਇਸ ਵੀਡੀਓ ਤੋਂ ਸਿੱਖੋਗੇ। ਫਰੰਟ ਵਾਲੀ ਸਾਈਡ 'ਤੇ ਕੱਪ ਲਗਾ ਕੇ ਔਰ ਕਟਿੰਗ ਕਰ ਦਿੱਤੀ ਗਈ ਹੈ। ਬਸ ਇਸ ਤਰ੍ਹਾਂ ਕਿ ਕਟਿੰਗ ਕਰਨ ਲੱਗਿਆ ਵੀਡੀਓ ਨਹੀਂ ਬਣਾ ਸਕਿਆ, ਮਾਫ਼ੀ ਚਾਹਵਾਂ ਦੇ। ਲੇਕਿਨ ਇਹ ਕਿ ਜਿਹੜੇ ਮਿਹਦੇ 'ਤੇ ਲੱਗਾ ਕੱਪ ਸੈਂਟਰ ਵਾਲਾ, ਇਹਦੇ ਤੋਂ ਕਾਫ਼ੀ ਜ਼ਿਆਦਾ ਖੂਨ ਨਿਕਲਦੇ ਆ। ਔਰ ਬਾਕੀਆਂ ਦੀ ਸੂਰਤ ਹਾਲ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਜੀ, ਅਤੇ ਤੁਹਾਨੂੰ ਖੁਦ ਬਖੁਦ ਸਮਝ ਆ ਜਾਏਗੀ। ਔਰ ਇਸ ਤੋਂ ਬਾਅਦ ਮੈਂ ਆਪਣਾ ਵਾਇਸ ਆਪਣੀ ਬੰਦ ਕਰ ਦਿਆਂਗਾ, ਅਤੇ ਮਰੀਜ਼ ਜਿਹੜਾ ਚਾਚੂ ਨੇ ਮੇਰੇ, ਉਹਨਾਂ ਨਾਲ ਵੀ ਕੁਝ ਛੋਟੀ ਮੋਟੀਆਂ ਗੱਪਾਂ ਵਜਣਗੀਆਂ, ਅਤੇ ਸੂਰਤ ਹਾਲ ਦੱਸਣਗੇ ਕਿ ਮੇਰੇ ਕੀ ਸੂਰਤ ਹਾਲ ਹੈ। ਅਤੇ ਇੱਥੇ ਆਪਣੇ ਵੀਰਾਂ ਕੋਈ ਇਜਾਜ਼ਤ ਚਾਹਵਾਂਗਾ। ਤਾਜਦਾਰ ਖਤਮੇ ਨਬੂਆ, ਜ਼ਿੰਦਾਬਾਦ ਜ਼ਿੰਦਾਬਾਦ, ਲਬੈਕ 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 ਯਾ ਰਸੂਲ ਅੱਲਾ ਸੱਲੱਲਾ ਅਲੈਹਿ ਵਸੱਲਮ, ਮਨ ਸੱਬਾ ਨਬੀ ਅਨ ਫਕਤੁਲਹੁ। ਸਾਡੇ ਤਿੰਨ ਪੈਰ ਬਣਾਏ, ਉਹ ਕੋਈ ਕੰਧ ਲੈ ਗਿਆ। ਬੀਬੀਆਂ ਕੋਲ ਮੇਰੇ ਨਾਲ ਜਿਹੜੀਆਂ ਆਉਂਦੀਆਂ ਨੇ, ਤੁਸੀਂ ਅੰਦਰ ਵਾੜਿਆ ਬੀਬੀਆਂ ਬਸ ਰੋਕਦੇ ਕੋਈ ਨਹੀਂ। ਛੋਟੇ ਲਾ ਜਾਣਾ ਇਹਨਾਂ ਦੇ ਜ਼ਿਆਦਾ ਬੱਚੇ ਲੜ ਰਹੀ ਹੈ ਜੀ, ਬਣ ਰਹੀ ਹੈ ਵਲੋਗਿੰਗ ਕਿਸੇ ਨੇ ਕਰਦੀ ਕਿਲੋ ਕਿਲੋ ਆਈ ਤੇ ਨਹੀਂ ਨਾ ਪਿਛਲੇ ਕਹਿੰਦੇ ਯਾਰ ਅਸੀਂ ਬਲੇਡ ਮਾਰਨੇ ਆ, ਸਾਡਾ ਖੂਨ ਨਿਕਲ ਜਾਂਦਾ, ਕਹਿੰਦੇ ਸੁਣ ਤਾਂ ਮੈਂ ਕਿ ਮੈਂ ਜਮਾ ਕਰਾਉਣਾ ਇਹ ਜਨਾਬ ਇੱਥੇ ਬਹੁਤ ਕੋਲਾ ਭਰਿਆ ਪਿਆ ਜੀ। ਫਿਰ ਕੀ ਹੋਇਆ? ਹੈਂ
ਤੇ ਕੱਪ ਨਹੀਂ ਦੋਈ ਦੇ ਜ਼ਾਇਆ ਕਰ ਦਿੰਦੇ ਨੇ ਜ਼ਾਇਆ ਕਰੀ ਦੇ ਨੇ ਜੇ ਤੁਸੀਂ ਪੈਸੇ ਪੈਕਟ ਕੋ ਲੈਣੇ ਨੇ ਪੂਰੇ ਕਿਉਂ ਪੈਸੇ ਨਹੀਂ ਲੱਗੇ ਨਹੀਂ ਤੁਹਾਡੀ ਬਾਤ ਕੱਟੀ ਜਾਣੀ ਖਤਮ ਹੋ ਜਾਣੀ ਜਿਵੇਂ ਮੈਂ ਤੈਨੂੰ ਆਰਾਮ ਸੁਣਾਉਂਦਾ ਜੇ ਤੂੰ ਆਰਾਮ ਨਹੀਂ ਬੋਲਦੀ ਤੂੰ ਆ ਰੋ ਫੜ ਲਈ ਇਹਨੂੰ ਮੈਂ ਖੁਦਾਂਗਾ ਇਹਦੂ ਨਾ ਕਰਾਂ ਮੈਂ ਕਰਦਾ ਬਾਕੀ ਵਲੌਗਿੰਗ ਕਰੂੰ ਜਾਂ ਇਹ ਕਰੂੰ ਦੋਵੇਂ ਕੰਮ ਕਰ ਲੈਣੇ ਥੋੜਾ ਇੱਕ ਵਾਰ ਪਿੱਛੇ ਰੱਖ ਲਓ ਚੁੱਕ ਦੇ ਰਹਿਣ ਦੇ ਉਹ ਅੱਛਾ ਕਰ ਲਓ ਹੁਣ ਫੜ ਕੇ ਖਲੋ ਰਹੀ ਹੋ ਇਹ ਨਹੀਂ ਕਦੀ ਮਿਲਦਾ ਸਪਰਿਟ ਦਰਮੋ ਵੇਟ ਸਭ ਸੱਚੀ ਹੈ ਮੈਂ ਹਲਕੇ ਹਲਕੇ ਦੌੜ ਲਗਾ ਪਿੱਛੇ ਦੌੜ ਹੀ ਲਾਇਆ ਨਾ ਉਹ ਇਹ ਤੋ ਫੁੱਲ ਇਹ ਦੋ ਦਿਨਾਂ ਕਰ ਮੈਂ ਖੁੱਲਣ ਦੇ ਬਈ ਬੰਦ ਕਰ ਦੋ ਆਈ ਸੁਣਾਓ ਤਬੀਅਤ ਦੀ ਸ਼ੁਕਰ ਹੈ ਅਲਹਮਦੁਲਿਲਾ ਹੁਣ ਸਿਹਤ ਲਾ ਲਈਏ ਹਾਂ ਹੋਰ ਕੀ ਅੱਜ ਵੇਖੋ ਸਿਹਤ ਹੀ ਬਣਾ ਮੋਰ ਆ ਰਹੇ ਨੇ ਤੇ ਮੇਰੀ ਕੱਪ ਆ ਰਹੀ ਹੈ।